ਜਕਾਰਾ ਪਾਉਣਾ ਹਰੀ ਬਾਬਾ ਜੀ ਦਾ, ਜਕਾਰਾ ਦੂਦਾ ਤਾਰੀ ਬਾਬਾ ਜੀ ਦਾ। ਗਿਆਨ ਜਿਹੜਾ ਗਿਆਨ ਵਾ, ਗਿਆਨ ਹੀ ਪਰਮਾਤਮਾ ਆ। ਪਰ ਗਿਆਨ ਹੁੰਦਾ ਕਦੋਂ ਆ? ਧਰਤੀ ਉੱਤੇ ਮਾਨਸ ਜਨਮ ਸਾਰੇ ਲੈਂਦੇ ਆ, ਕੋਈ ਕੁੜੀਆਂ ਦੇ ਰੂਪ ਵਿੱਚ, ਕੋਈ ਮੁੰਡਿਆਂ ਦੇ ਰੂਪ ਵਿੱਚ। ਪਰ ਜਦੋਂ ਜਨਮ ਹੁੰਦਾ, ਉਸ ਵੇਲੇ ਕਿਸੇ ਦੇ ਘਰ ਧੀ ਪੈਦਾ ਹੁੰਦੀ ਆ ਜਾਂ ਪੁੱਤਰ ਪੈਦਾ ਹੁੰਦਾ। ਹੌਲੀ ਹੌਲੀ ਗਿਆਨ ਹੁੰਦਾ। ਪਰ ਗਿਆਨ ਹੁੰਦਾ ਕਿੱਦਾਂ ਆ? ਜੋ ਤੁਸੀਂ ਚੰਗੇ ਕਰਮ ਕਰਦੇ ਆ, ਇਸ ਧਰਤੀ ਉੱਤੇ ਹੀ ਮੋਕਸ਼ ਮਿਲਦਾ ਆ, ਇਸੇ ਧਰਤੀ ਉੱਤੇ ਨਰਕ ਮਿਲਦਾ, ਇਹਦੇ ਵਿੱਚ ਹੀ ਸਵਰਗ ਮਿਲਦਾ। ਇਸ ਧਰਤੀ ਉੱਤੇ ਚੰਗੇ ਕਰਮ ਕਰਨੇ ਪੈਂਦੇ ਆ। ਇਹ ਜਿਹੜੀ ਧਰਤੀ ਆ, ਮ੍ਰਿਤਯੂ ਕਾਲ ਦੇ ਜੀਵ ਆਪਾਂ ਸਾਰਿਆਂ ਨੂੰ ਮ੍ਰਿਤਯੂ ਹੋਣੀ ਆ, ਪਰ ਮੋਕਸ਼ ਉਹਨਾਂ ਨੂੰ ਮਿਲਦਾ ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਆ। ਗਿਆਨ ਦਾਨ ਪੁੰਨ ਕਰਨ ਨਾਲ ਵੀ ਹੁੰਦਾ। ਜਿੱਦਾਂ ਹੁਣ ਪੈਸਾ ਆ, ਪੈਸਾ ਜੇਬ ਵਿੱਚੋਂ ਬਾਹਰ ਜਾਣਾ ਆ, ਪਰ ਗਿਆਨ ਅੰਦਰੋਂ ਪ੍ਰਗਟ ਹੋਣਾ। ਜਿੱਦਾਂ ਮੰਨ ਲਓ ਕਿਸੇ ਦੇ ਘਰ ਵਿੱਚ ਗੋਲਡ ਪਿਆ, ਹੀਰੇ ਜਵਾਹਰਾਤ ਪਏ ਆ, ਜੇ ਉਹ ਕਿਸੇ ਧਾਰਮਿਕ ਸਥਾਨ ਉੱਤੇ, ਬਾਬਾ ਜੀ ਦੇ ਮੰਦਿਰ ਵਿੱਚ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਲੰਗਰ ਲਾਉਂਦਾ ਜਾਂ ਉੱਥੇ ਕੋਈ ਚੰਗੀ ਚੀਜ਼ ਬਣਾਉਂਦਾ, ਉਹਦੇ ਘਰ ਵਿੱਚੋਂ ਚੀਜ਼ਾਂ ਤਾਂ ਬਾਹਰ ਗਈਆਂ, ਪਰ ਗਿਆਨ ਉਹਦੇ ਅੰਦਰੋਂ ਪ੍ਰਗਟ ਹੋ ਗਿਆ। ਗਿਆਨ ਹੀ ਪਰਮਾਤਮਾ ਆ। ਜਦੋਂ ਗਿਆਨ ਹੋ ਜਾਂਦਾ ਬੰਦੇ ਨੂੰ, ਫਿਰ ਉਹਨੂੰ ਮੋਕਸ਼ ਪਰਮਾਤਮਾ ਆਟੋਮੈਟਿਕਲੀ ਦੇ ਦਿੰਦੇ ਆ। ਅਤੇ ਜੇ ਹੁਣ ਤੁਸੀਂ ਕਹੀਏ, ਕਈਆਂ ਦੀ ਜ਼ਿੰਦਗੀ ਦੇ ਵਿੱਚ ਕਈਆਂ ਨੇ ਬਾਬਾ ਜੀ ਨਾਂ 'ਤੇ ਕੁਛ ਵੇਚ ਦਿੱਤਾ ਹੋਊਗਾ, ਲੋਕਾਂ ਨੇ ਲੱਖ ਬੋਲੀਆਂ ਬੋਲਣੀਆਂ, ਤੁਸੀਂ ਆਪਣਾ ਯਾਰ ਮਨਾਉਣਾ। ਮੰਨ ਲਓ ਤੁਸੀਂ ਆਪਣੇ ਘਰ ਦਾ ਸੋਨਾ ਵੇਚ ਦਿਓ, ਗੱਡੀਆਂ ਵੇਚ ਦਿਓ, ਤਾਂ ਵੀ ਤੁਹਾਨੂੰ ਕਿਸੇ ਨੇ ਵੀ ਬੱਲੇ ਸ਼ਾਹਵਾ ਨਹੀਂ ਕਹਿਣੀ। ਉਹਨਾਂ ਨੇ ਬੋਲੀਆਂ ਗਲਤ ਬੋਲਣੀਆਂ। ਉਹਨਾਂ ਨੇ ਕਹਿਣਾ, ਲਓ ਜੀ ਬਾਬਾ ਜੀ ਨੂੰ ਮੰਨਦਾ ਸੀ, ਇੰਨੇ ਸਾਲਾਂ ਤੋਂ ਬਾਬਾ ਜੀ ਜਾਂਦਾ, ਝੰਡੇ ਚੜ੍ਹਾਉਂਦਾ, ਤੁਰ ਤੁਰ ਕੇ ਜਾਂਦਾ, ਅੱਜ ਦਾ ਸਭ ਕੁਛ ਵਿਕ ਗਿਆ, ਵੱਡਾ ਬਾਬੇ ਦਾ ਭਗਤ ਬਣੀ ਫਿਰਦਾ ਸੀ, ਲੋਕਾਂ ਨੇ ਤਾਨੇ ਮਿਹਣੇ ਮਾਰਦੇ ਰਹਿਣਾ। ਮੰਨ ਲਓ ਜੇ ਬਾਬਾ ਜੀ ਤੁਹਾਨੂੰ ਤਾਰ ਦਿੱਤਾ, ਕੀਤਾ ਤਾਂ ਤੁਸੀਂ ਚੰਗੇ ਕਰਮ ਆ। ਤੁਸੀਂ ਗੋਲਡ ਕਿਹਦੇ ਖਾਤਰ ਵੇਚਿਆ? ਬਾਬਾ ਜੀ ਦੀ ਖਾਤਰ। ਗੱਡੀਆਂ ਕਿਹਦੀ ਖਾਤਰ ਵੇਚੀਆਂ? ਬਾਬਾ ਜੀ ਦੀ ਖਾਤਰ। ਅੱਛਾ, ਜੇ ਤੁਹਾਨੂੰ ਬਾਬਾ ਜੀ ਨੇ ਤਰੱਕੀਆਂ ਦੇ ਦਿੱਤੀਆਂ, ਮੰਨ ਲਓ ਤੁਹਾਨੂੰ ਤਾਰ ਦਿੱਤਾ, ਤੁਸੀਂ ਬਾਹਰਲੀਆਂ ਕੰਟਰੀਆਂ ਜਾਣ ਲੱਗ ਪਏ, ਲੋਕਾਂ ਨੇ ਫੇਰ ਵੀ ਤੁਹਾਨੂੰ ਮਿਹਣੇ ਮਾਰਨੇ, ਕਹਿਣਾ ਲਓ ਜੀ ਮੰਨਦਾ ਬਾਬੇ ਨੂੰ, ਪਰ ਕੋਈ ਗਲਤ ਕੰਮ ਕਰਦਾ ਲੱਗਦਾ। ਇਸ ਕਰਕੇ ਇਹ ਦੁਨੀਆ ਨੂੰ ਕੋਈ ਨਹੀਂ ਸਮਝਾ ਸਕਿਆ, ਤੁਸੀਂ ਆਪਣਾ ਯਾਰ ਮਨਾਉਣਾ, ਭਾਵੇਂ ਲੋਕ ਲੱਖ ਬੋਲੀਆਂ ਬੋਲਣ, 21 ਤਰੀਕ ਨੂੰ ਆ ਕੇ ਭੰਗੜਾ ਪਾਉਣਾ ਆ, ਦੁਨੀਆ ਪਿੱਛੇ ਨਹੀਂ ਜਾਣਾ। ਇੱਦਾਂ ਹੀ ਸੱਚੀ ਕਹਾਣੀ ਆ। ਇੱਕ ਦਿਨ ਸਾਨੂੰ ਦਿਲਪ੍ਰੀਤ ਨੇ ਪੁੱਛਿਆ, ਕਹਿੰਦਾ ਗੁਰੂ ਜੀ ਤੁਸੀਂ ਯਾਤਰਾ 'ਤੇ ਚਲ ਜਾਂਦੇ ਆ, ਮੈਨੂੰ ਐਤਵਾਰ ਨੂੰ ਸਤਸੰਗ ਕਰਨਾ ਪੈਂਦਾ, ਕੋਈ ਇਹੋ ਜਿਹਾ ਸਤਸੰਗ ਮੈਨੂੰ ਦੱਸੋ, ਮੈਨੂੰ ਪਹਿਲਾਂ ਹੀ ਸੁਣਾ ਦਿਓ ਜਿਹੜਾ ਮੈਂ ਉੱਥੇ ਕਰ ਸਕਾਂ ਜਿੱਠੇ ਐਤਵਾਰ ਨੂੰ। ਪਰ ਬਾਬਾ ਜੀ ਨੇ ਸਾਡੇ ਮੂੰਹੋਂ ਕਹਾਇਆ, ਕਹਿੰਦੇ ਦਿਲ ਤੂੰ ਕਈ ਜਨਮਾਂ 'ਚ ਸਾਧੂ ਰਿਹਾ, ਪਰਮਾਤਮਾ ਦਾ ਭਗਤ ਰਿਹਾ, ਅਤੇ ਕਹਿੰਦੇ ਸਾਡੇ ਸਵਾਲ ਦਾ ਇੱਕ ਜਵਾਬ ਦੇ, ਫਿਰ ਤੈਨੂੰ ਸਤਸੰਗ ਬਾਅਦ 'ਚ ਸੁਣਾ ਦੇਵਾਂਗੇ। ਕਹਿੰਦੇ ਕਰੋ, ਕੁਐਸਚਨ ਕਰ ਦਿਓ ਗੁਰੂ ਜੀ। ਹੁਣ ਕੁਐਸਚਨ ਹੋ ਗਿਆ, ਬਾਬਾ ਜੀ ਸਾਡੇ ਮੂੰਹੋਂ ਕਹਾਇਆ, ਕਹਾਉਣ ਵਾਲੇ ਵੀ ਪਰਮਾਤਮਾ ਆ, ਉਹੀ ਆਪੇ ਹੀ ਅੰਦਰੋਂ ਬੁਲਾਉਂਦੇ ਆ, ਆਪੇ ਹੀ ਤੁਹਾਡੇ ਵਿੱਚ ਬੈਠ ਕੇ ਸੁਣਦੇ ਆ, ਸਭ ਕੁਛ ਉਹ ਖੁਦ ਹੀ ਕਰਦਾ। ਬਾਬਾ ਜੀ ਨੇ ਗਿਆਨ ਪ੍ਰਗਟ ਕੀਤਾ, ਕਹਿੰਦੇ ਜਿਹੜਾ ਖੂਹ ਹੁੰਦਾ, ਖੂਹ ਨੂੰ ਕੌਣ ਪੱਟਦੇ ਆ? ਦਿਲ। ਕਹਿੰਦਾ ਬੰਦੇ। ਕਹਿੰਦੇ ਜੇ ਖੂਹ ਦੇ ਵਿੱਚ ਪਾਣੀ ਆਕਾਸ਼ ਵਿੱਚੋਂ ਮੀਂਹ ਨਾ ਪਾਇਆ ਜਾਵੇ ਤਾਂ ਭਰਨਾ, ਕਿ ਜਿਹਦੇ ਅੰਦਰੋਂ ਪ੍ਰਗਟ ਹੋਵੇ ਤਾਂ ਭਰਨਾ? ਜਿੱਦਾਂ ਅੰਦਰੋਂ ਸੀਰਾਂ ਚੱਲਣ, ਤਾਂ ਦਿਲ ਨੇ ਕਹਿਤਾ ਜੀ ਅੰਦਰੋਂ ਚੱਲਣ। ਬਾਬਾ ਜੀ ਸਾਡੇ ਮੂੰਹੋਂ ਕਹਾਇਆ, ਕਹਿੰਦੇ ਜਾ ਪੁੱਤਰ ਤੈਨੂੰ ਆਸ਼ੀਰਵਾਦ ਦਿੰਦੇ ਹਾਂ, ਗਿਆਨ ਤੇਰੇ ਅੰਦਰੋਂ ਹੀ ਪ੍ਰਗਟ ਹੋਇਆ ਕਰੂਗਾ ਜਿੱਦਾਂ ਖੂਹ ਵਿੱਚ ਸੀਰਾਂ ਚੱਲਦੀਆਂ। ਇਸ ਕਰਕੇ ਜਿਹੜੇ ਬੰਦੇ ਗਿਆਨ ਬਾਹਰੋਂ ਲੈਂਦੇ ਆ, ਰਸਾਲੇ ਪੜ੍ਹ ਕੇ, ਅਖਬਾਰਾਂ ਪੜ੍ਹ ਕੇ, ਦੂਜਿਆਂ ਦੀਆਂ ਗੱਲਾਂ ਸੁਣ ਸੁਣ ਕੇ, ਉਹਨਾਂ ਵਿੱਚੋਂ ਗੱਲਾਂ ਬਣਾਈ ਜਾਣੀਆਂ, ਉਹਨਾਂ ਨੂੰ ਵੀ ਮੋਕਸ਼ ਨਹੀਂ ਮਿਲਦਾ। ਗਿਆਨ ਉਹ ਹੁੰਦਾ ਇੱਕ ਗੱਲ ਕੀਤੀ, ਉਹਦੇ ਵਿੱਚੋਂ ਹੀ ਗੱਲਾਂ 'ਚੋਂ ਗੱਲਾਂ, ਗੱਲਾਂ 'ਚੋਂ ਗੱਲਾਂ ਭਗਵਾਨ ਅੱਗੇ ਤੋਂ ਅੱਗੇ ਜੋੜਦਾ ਚਲੇ ਜਾਵੇ। ਇਹਦਾ ਮਤਲਬ ਉਹਦਾ ਜਿਹੜਾ ਪੂਰਨਤਾ ਧਿਆਨ ਆ ਬਾਬਾ ਜੀ ਵਿੱਚ ਲੱਗਾ ਹੋਇਆ। ਜਿਹੜਾ ਬਾਬਾ ਜੀ ਨਾਲ ਜੁੜਿਆ ਆ, ਉਹ ਜਿੱਦਾਂ ਬਾਬਾ ਜੀ ਜਿਹੜਾ ਮਹਿਮਾ ਕਰਦਾ, ਉਹ ਬਾਬਾ ਜੀ ਨਾਲ ਜੁੜਿਆ ਹੋਇਆ। ਜਿਹੜਾ ਬਦਖੋਈ ਕਰਦਾ, ਉਹ ਭਗਵਾਨ ਨਾਲ ਟੁੱਟਿਆ ਹੋਇਆ। ਬਦਖੋਈ ਉਹਦੇ ਕੋਲ ਜ਼ਿਆਦਾ ਟਾਈਮ ਨਹੀਂ ਹੋਣੀ, ਉਹ ਸਮਾਂ ਕਰੂਗਾ। ਇੱਕ ਨਾ ਇੱਕ ਦਿਨ ਭਗਵਾਨ ਨੇ ਆ ਕੇ ਉਹਨੂੰ ਦੰਡ ਦੇਣਾ, ਪਾਪੀ ਦਾ ਨਾਸ਼ ਕਰਨਾ, ਉਹਦਾ ਅੰਤ ਹੋ ਜਾਣਾ। ਜਿੱਦਾਂ ਕਿਸੇ ਦੀ ਸੇਵਾ ਕੀਤੀ ਹੁੰਦੀ ਆ,
किसी वेले कई लगता कि इन्हें तो कोई सज़ा ही नहीं मिलती, सज़ा ही नहीं मिलती। सज़ा सब नूं मिलती है। इस धरती उत्ते कोई भी बख्शिया नहीं जाता। जे कोई पुन करता जां कोई पाप करता, नरक स्वर्ग भगवान ने इस करके बनाया। सारयां नूं पुन कर्म करने वाले नूं चंगी जगह भेजता है, पापियां नूं नरकां च भेजता है। उहदे घर देर हो सकती है, अंधेर नहीं। इस करके कर्म चंगे करने आ, मोक्ष लैणा, बाबा जी की भगती करनी, किसी दीआं गल्लां विच नहीं आउणा, लोगों ने मिहणे मारदे ही रहना आ। बोलिए सच्चे दरबार की जय। जकारा पाउणा हरी बाबा जी दा।